ਵਿਖੇ ਪਾਵਰਕਾਮ ਦਫ਼ਤਰ ਦੇ ਵਿੱਚ ਅਕਾਲੀ ਦਲ ਦੇ ਧਰਨੇ ਦੌਰਾਨ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਐਕਸੀਅਨ ਰਾਏਕੋਟ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਧਰਨੇ ਦੀ ਬਿਜਲੀ ਸਪਲਾਈ ਬੰਦ ਕਰਨ ਅਤੇ ਗਲਤ ਵਤੀਰਾ ਕਰਨ ਤੋਂ ਭੜਕੇ ਅਕਾਲੀ ਵਰਕਰਾਂ ਨੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਐਕਸੀਅਨ ਦਫ਼ਤਰ ਦਾ ਘਿਰਾਓ ਕੀਤਾ ਅਤੇ ਐਕਸੀਅਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਦੇ ਪੈਰੇ ਹੇਠ ਪਾਵਰਕਾਮ ਦਫ਼ਤਰ ਤੋਂ ਨਿਕਲਣ ਲੱਗੇ ਐਕਸੀਅਨ ਨੂੰ ਅਕਾਲੀ ਵਰਕਰਾਂ ਦੇ ਆਗੂਆਂ ਨੇ ਮਨੁੱਖੀ ਚੇਨ ਬਣਾ ਕੇ ਘੇਰ ਲਿਆ ਅਤੇ ਮਾਫ਼ੀ ਮੰਗੇ ਜਾਂ ਕਾਨੂੰਨੀ ਕਾਰਵਾਈ ਕੀਤੇ ਬਿਨਾਂ ਐਕਸੀਅਨ ਨੂੰ ਨਾ ਜਾਣ ਤੇ ਅੜ ਗਏ ਜਿਸ ਤੇ ਐਕਸੀਅਨ ਅਕਾਲੀਆਂ ਦੇ ਰੋਹ ਤੋਂ ਬਚਣ ਦੇ ਲਈ ਪੁਲਿਸ ਦੀ ਸਰਪ੍ਰਸਤੀ ਹੇਠ ਬਿਜਲੀ ਗ੍ਰਿਡ ਵਿੱਚ ਜਾ ਬੈਠੇ ਇਸ ਤੋਂ ਬਾਅਦ ਕੀ ਕੁਝ ਹੋਇਆ ਆਓ ਹੁਣ ਦਿਖਾਉਂਦੇ ਹਾਂ ਹਾਂਜੀ ਸੰਧੂ ਸਾਹਿਬ ਧਰਨੇ ਦੌਰਾਨ ਕੀ ਇਸ਼ੂ ਹੋਇਆ ਸੀ ਐਕਸੀਅਨ ਸਾਹਿਬ ਨਾਲ ਕੀ ਮਾਮਲਾ ਐਕਸੀਅਨ ਸਾਹਿਬ ਦਾ ਮਾਮਲਾ ਇਹ ਹੈ ਜੀ ਅਸੀਂ ਬੜਾ ਸ਼ਾਂਤਪੂਰਵਕ ਦਫ਼ਤਰ ਦੇ ਅੰਦਰ ਧਰਨਾ ਲਾ ਰਹੇ ਸੀ ਐਕਸੀਅਨ ਸਾਹਿਬ ਕੋਈ 11:30 ਵਜੇ ਦਫ਼ਤਰ ਵਿੱਚ ਆਏ ਗੱਡੀ 'ਚੋਂ ਆਏ ਉਤਰੇ ਜਿਵੇਂ ਕੋਈ ਪਤਾ ਨਹੀਂ ਰਾਜਾ ਮਹਾਰਾਜਾ ਉਤਰਦਾ ਹੁੰਦਾ ਆਉਂਦੇ ਸਾਰ ਅੰਦਰ ਵੜੇ ਅੰਦਰ ਵੜਦੇ ਸਾਰ ਇਹਨਾਂ ਨੇ ਜਿਹੜੀ ਤਾਰ ਲੱਗੀ ਹੋਈ ਸੀ ਉਹ ਕੱਟੀ ਅਤੇ ਬਾਹਰ ਆ ਕੇ ਕਹਿੰਦਾ ਪੁਲਿਸ ਵਾਲਿਆਂ ਨੂੰ ਇਹਨਾਂ ਦੇ ਆਹ ਬਿਸਤਰੇ 'ਚ ਜਿਹੜਾ ਦਰੀਆਂ ਵਿਛਾਈਆਂ ਨੇ ਇਹਨਾਂ ਨੂੰ ਚੁਕਾਓ ਜੇ ਧਰਨਾ ਲਾਉਣਾ ਸੜਕ ਉੱਤੇ ਲਾਓ ਧਰਨਾ ਅਸੀਂ ਦਫ਼ਤਰ ਦੇ ਅੰਦਰ ਨਹੀਂ ਲਾਉਣ ਦੇਣਾ ਇੰਨੀ ਗੁੰਡਾਗਰਦੀ ਕਰੀ ਅਸੀਂ ਇਹਨਾਂ ਨੂੰ ਬੜੇ ਰਿਸਪੈਕਟਫੁਲੀ ਅੰਦਰ ਜਾ ਕੇ ਪੁੱਛਿਆ ਬਈ ਐਕਸੀਅਨ ਸਾਹਿਬ ਤੁਸੀਂ ਇਹ ਕੀ ਕੀਤਾ ਅਸੀਂ ਤਾਂ ਧਰਨਾ ਬੜਾ ਸ਼ਾਂਤਮਈ ਧਰਨਾ ਲਾ ਰਹੇ ਸੀ ਤੁਸੀਂ ਇਸ ਤਰ੍ਹਾਂ ਦੇ ਲਫ਼ਜ਼ ਕਿਉਂ ਬੋਲੇ ਅਤੇ ਕਹਿੰਦਾ ਮੈਂ ਜੋ ਤੁਸੀਂ ਕਰਨਾ ਕਰ ਲਓ ਜੋ ਮੈਂ ਆਪਣਾ ਕੰਮ ਸੀ ਕਰ ਦਿੱਤਾ ਹੁਣ ਤੁਹਾਡੀ ਵਾਰੀ ਹੈ ਤੁਸੀਂ ਜੋ ਆਪਣਾ ਕੰਮ ਕਰਨਾ ਕਰ ਲਓ ਮੈਂ ਤੁਹਾਡੇ 'ਤੇ ਚੋਰੀ ਦਾ ਪਰਚਾ ਵੀ ਦਰਜ ਕਰਾਊਂਗਾ ਦਫ਼ਤਰ ਦੇ ਅੰਦਰ ਬੈਠ ਕੇ ਤਾਂ ਦਫ਼ਤਰ ਸਾਡਾ ਮਾਹੌਲ ਖਰਾਬ ਕਰਨ ਦਾ ਜਿਹੜਾ ਤੁਸੀਂ ਕੋਸ਼ਿਸ਼ ਕਰੀ ਆ ਇਹਦਾ ਵੀ ਧਰਨਾ ਲਗਾਊਂਗਾ ਅਤੇ ਇਸ ਗੱਲ ਤੋਂ ਇਹ ਲੱਗ ਰਿਹਾ ਕਿ ਇਹ ਜਿਹੜਾ ਐਕਸੀਅਨ ਹੈ ਸਰਕਾਰੀ ਮੁਲਾਜ਼ਮ ਨਹੀਂ ਹੈ ਇਹ ਕਾਂਗਰਸ ਦਾ ਮੁਲਾਜ਼ਮ ਲੱਗ ਰਿਹਾ ਕਾਂਗਰਸ ਦੀ ਬੋਲੀ ਬੋਲਦਾ ਜੋ ਇਹਨੂੰ ਪਿੱਛੋਂ ਡਾਇਰੈਕਸ਼ਨ ਆ ਰਹੀਆਂ ਨੇ ਉਹਦੇ ਮੁਤਾਬਕ ਕੰਮ ਕਰ ਰਿਹਾ ਇਹੋ ਜਿਹੇ ਅਫਸਰ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਅਸੀਂ ਆਪਣੀ ਹਾਈ ਕਮਾਂਡ ਨਾਲ ਗੱਲ ਕਰਕੇ ਇਹ ਵੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇੱਥੋਂ ਜਲਦੀ ਚੱਲਦਾ ਕਰਿਆ ਜਾਵੇ ਇਹਨੂੰ ਸਸਪੈਂਡ ਕਰਿਆ ਜਾਵੇ ਤਾਂ ਕਿ ਜਿਹੜਾ ਕਿਉਂਕਿ ਜਿਹੜੇ ਮੁਲਾਜ਼ਮ ਹੁੰਦੇ ਨੇ ਇਹ ਸਾਰਾ ਜਦੋਂ ਸਰਕਾਰ ਦੇ ਜਿੱਥੇ ਮੁਲਾਜ਼ਮ ਹੁੰਦੇ ਨੇ ਉੱਥੇ ਇਹਨਾਂ ਨੂੰ ਇਹ ਵੀ ਚਾਹੀਦਾ ਕਿ ਅਸੀਂ ਜਿਹੜਾ ਹਰ ਇੱਕ ਬੰਦੇ ਦੀ ਗੱਲ ਸੁਣੀਏ ਡਿਕਟੇਟਰ ਨਾ ਕਰੀਏ ਅਸੀਂ ਅੰਦਰ ਜਾ ਕੇ ਬੜੇ ਪਿਆਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀ ਅਤੇ ਇਹਨੇ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰਿਆ ਜਿਵੇਂ ਅਸੀਂ ਪਤਾ ਨਹੀਂ ਕਿੱਡੇ ਕੁ ਮੁਰਜਮ ਹੁੰਦੇ ਹਾਂ ਸੋ ਮੈਂ ਬੇਨਤੀ ਕਰਦਾ ਆਪਣੇ ਹਾਈਕਮਾਂਡ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਸਸਪੈਂਡ ਕਰੋ ਜਿੰਨੀ ਦੇਰ ਇਹ ਸਸਪੈਂਡ ਨਹੀਂ ਹੁੰਦਾ ਤਾਂ ਹੋ ਸਕਦਾ ਸਾਨੂੰ ਵੱਡਾ ਸੰਘਰਸ਼ ਕਰਨ ਦੀ ਵੀ ਲੋੜ ਪਵੇ ਬਿਲਕੁਲ ਸਰ ਜੋਤਿਸ਼ ਇੱਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਫੇਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ ਫ੍ਰੀ ਸਮਾਧਾਨ 99968 26004